ਸਾਹਿਬ ਬਿਹਾਰ ਦੇ ਪ੍ਰਬੰਧਕੀ ਬੋਰਡ ਦੇ ਮੈਂਬਰ ਸਾਹਿਬਾਨ, ਸਿੱਖ ਜਥੇਬੰਦੀਆਂ, ਸਿੰਘ ਸਭਾਵਾਂ, ਕਈ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸਿੱਖ ਸੰਗਤਾਂ ਵੱਲੋਂ ਲਗਾਤਾਰ ਜਥੇਦਾਰ ਇਕਬਾਲ ਸਿੰਘ ਦੇ ਖਿਲਾਫ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਲਿਖਤੀ ਅਤੇ ਫੋਨ ਰਾਹੀਂ ਸ਼ਿਕਾਇਤਾਂ ਪੁੱਜੀਆਂ ਹਨ। ਇਸ ਲਈ ਸਿੰਘ ਸਾਹਿਬ ਇਕਬਾਲ ਸਿੰਘ ਜੀ ਜਥੇਦਾਰ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਬਿਹਾਰ ਉੱਪਰ ਜੋ ਵੀ ਐਲੀਗੇਸ਼ਨ ਜਿਹੜੇ ਨੇ ਉਹ ਲੱਗੇ ਨੇ, ਉਹਨਾਂ 'ਤੇ ਵਿਚਾਰ ਕਰਨ ਵਾਸਤੇ ਅਤੇ ਜਲਦੀ ਰਿਪੋਰਟ ਦੇਣ ਵਾਸਤੇ ਇੱਕ ਕਮੇਟੀ ਜਿਹੜੀ ਉੱਚ ਪੱਧਰੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਗਠਿਤ ਕੀਤੀ ਗਈ ਹੈ। ਇਹ ਕਮੇਟੀ 7 ਮੈਂਬਰੀ ਹੈ, ਜਿਹਦੇ ਵਿੱਚ ਸਭ ਤੋਂ ਪਹਿਲਾਂ ਬਾਬਾ ਹਰਨਾਮ ਸਿੰਘ ਜੀ ਮੁਖੀ ਦਮਦਮੀ ਟਕਸਾਲ ਮਹਿਤਾ, ਦੂਸਰੇ ਨੇ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲੇ, ਤੀਸਰੇ ਨੇ ਸਰਦਾਰ ਭਗਵੰਤ ਸਿੰਘ ਸਿਆਲਕਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਚੌਥੇ ਨੇ ਸਰਦਾਰ ਰਜਿੰਦਰ ਸਿੰਘ ਮਹਿਤਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪੰਜਵੇਂ ਨੇ ਸਰਦਾਰ ਨਿਰਮਲ ਸਿੰਘ ਪ੍ਰਧਾਨ ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ, ਛੇਵੇਂ ਨੇ ਸਰਦਾਰ ਇੰਦਰਜੀਤ ਸਿੰਘ ਗੋਗਵਾਣਾ ਪ੍ਰਿੰਸੀਪਲ ਖਾਲਸਾ ਕਾਲਜ ਏਡ ਸਕੂਲ ਸ੍ਰੀ ਅੰਮ੍ਰਿਤਸਰ ਸਾਹਿਬ, ਅਤੇ 7ਵੇਂ ਨੇ ਸਰਦਾਰ ਇੰਦਰਜੀਤ ਸਿੰਘ ਰੋਪੜ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ। ਇਸ ਕਮੇਟੀ ਦੇ ਕੋਆਰਡੀਨੇਟਰ ਸਰਦਾਰ ਸੁਖਦੇਵ ਸਿੰਘ ਅਡੀਸ਼ਨਲ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਣਗੇ, ਅਤੇ ਇਹ ਕਮੇਟੀ ਜਿਹੜੀ ਹੈ ਬਹੁਤ ਹੀ ਜਲਦੀ ਵਿਚਾਰ ਕਰਕੇ ਅਤੇ ਆਪਣੀ ਰਿਪੋਰਟ ਜਿਹੜੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਕਰਨਗੇ, ਅਤੇ ਇਹਨਾਂ ਵੱਲੋਂ ਜੋ ਰਿਪੋਰਟ ਆਏਗੀ ਉਹਦੇ 'ਤੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਫਿਰ ਅਮਲਦਾਰੀ ਜਿਹੜੀ ਉਹ ਕੀਤੀ ਜਾਏਗੀ ਔਰ ਪ੍ਰਬੰਧਕੀ ਬੋਰਡ ਤੋਂ ਕਰਵਾਈ ਜਾਏਗੀ। ਉਨੀ ਦੇਰ ਆਪਣੇ ਅਹੁਦੇ ਤੇ ਕਾਇਮ ਰਹਿਣਗੇ ਜੀ? ਕੀਤਾ ਸਮਾਂ 2-3 ਦਿਨਾਂ ਦੇ ਅੰਦਰ ਪਰਿਵਾਰ ਦੇ ਵਿੱਚ ਗੁਰਮਤ ਦੀ ਉਲੰਘਣਾ ਹੋਈ ਹੈ, ਬੱਜਰ ਕੁਰਾਹਤ ਹੈ ਜੀ। ਫਿਲਹਾਲ ਅਸੀਂ ਇਹ ਮਾਮਲਾ ਦੇਖਦੇ ਹਾਂ ਕਿਉਂਕਿ ਉਹ ਇੱਕ ਮੁਲਾਜ਼ਮ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਅਤੇ ਇਸ ਕਰਕੇ ਉਹਨੂੰ ਟਰਮੀਨੇਟ ਕਰ ਦਿੱਤਾ ਗਿਆ। ਇਹ ਮਾਮਲਾ ਜਿਹੜਾ ਦੇਖਦੇ ਆ 1-2 ਦਿਨ ਦੇ ਅੰਦਰ ਜਾਂ 3 ਦਿਨਾਂ ਦੇ ਅੰਦਰ ਇਹਦੀ ਰਿਪੋਰਟ ਜਿਹੜੀ ਹੈ ਜਲਦੀ ਮੰਗਾ ਕੇ, ਅਤੇ ਫਿਰ ਜੋ ਵੀ ਜ਼ਰੂਰੀ ਹਦਾਇਤਾਂ ਹੋਈਆਂ ਪ੍ਰਬੰਧਕੀ ਬੋਰਡ ਨੂੰ ਅਤੇ ਜੋ ਵੀ ਕਾਰਵਾਈ ਹੋਈ ਪੰਜ ਸਿੰਘ ਸਾਥੀ ਸਿੰਘ ਸਮਾਨਾਂ ਨਾਲ ਵਿਚਾਰ ਕਰਨ ਉਪਰੰਤ ਉਹ ਕੀਤੀ ਜਾਏਗੀ। ਸਿੰਘ ਸਾਹਿਬ ਜਿੰਨੀ ਦੇਰ ਗਿਆਨੀ ਇਕਬਾਲ ਸਿੰਘ ਅਤੇ ਉਹਨਾਂ ਦੇ ਬੇਟੇ ਦੋਨਾਂ ਦੇ ਕੇਸਾਂ ਬਾਰੇ ਜਾਂਚ, ਇਹ ਸਾਰੇ ਮਾਮਲਿਆਂ ਦੀ ਜਾਂਚ ਕਰਨੀ ਜੀ, ਜੋ ਵੀ ਇਹਦੇ ਨਾਲ ਰਿਲੇਟਡ ਮਾਮਲੇ ਆ, ਉਦੋਂ ਤੱਕ ਗਿਆਨੀ ਇਕਬਾਲ ਸਿੰਘ ਸੇਵਾਵਾਂ ਨਿਭਾਉਣਗੇ ਕਿ ਰੋਕ ਲਾਈ ਜਾਏ? ਕਿਉਂਕਿ ਇਸੇ ਕਰਕੇ ਅਸੀਂ ਜਲਦੀ ਜਿਹੜੇ ਆ ਕਰਤੀ ਹੈ, ਲੇਕਿਨ ਉਹਨਾਂ ਨੂੰ ਇੱਕ ਬੇਨਤੀ ਜ਼ਰੂਰ ਕਰਨੀ ਚਾਹੁੰਦੇ ਹਾਂ ਕਿ ਜਿੰਨਾ ਚਿਰ ਰਿਪੋਰਟ ਨਹੀਂ ਆਉਂਦੀ ਅਤੇ ਜੇ ਆਪ ਹੀ ਉਹ ਅਵੋਇਡ ਕਰਨ ਤਾਂ ਚੰਗੀ ਗੱਲ ਹੈ ਜੀ। ਸਿੰਘ ਸਾਹਿਬ ਜੀ, ਜੋ ਹਾਲਾਤ ਬਣੇ ਨੇ ਭਾਰਤ ਪਾਕਿਸਤਾਨ ਦੇ, ਹੈ ਨਾ ਜੀ, ਇੱਕ ਤਾਂ ਆਪਣਾ ਕਰਤਾਰਪੁਰ ਸਾਹਿਬ ਦਾ ਲਾਂਘਾ ਵੀ ਖੁੱਲ੍ਹਣ ਜਾ ਰਿਹਾ ਸੀ, ਬਹੁਤ ਸੰਗਤ ਨੂੰ ਉਮੀਦਾਂ ਸੀ ਕਿ ਪ੍ਰਕਾਸ਼ ਪੁਰਬ ਦੇ ਉੱਤੇ ਲਾਂਘਾ ਖੁੱਲ੍ਹੇਗਾ। ਮਾੜੇ ਹਾਲਾਤ ਨੇ, ਜੰਗ ਕਿਸੇ ਮਸਲੇ ਦਾ ਹੱਲ ਨਹੀਂ ਹੁੰਦਾ, ਪਰ ਮੈਂ ਸਮਝਦਾ ਕਿਤੇ ਨਾ ਕਿਤੇ ਕੁਝ ਲੋਕ ਜਿਹੜੇ ਨੇ ਸ਼ਰਾਰਤੀ ਅੰਸਰ ਦੋਨਾਂ ਪਾਸੇ ਤੋਂ ਜੰਗ ਨੂੰ ਜਿਹੜਾ ਉਹ ਜ਼ਿਆਦਾ ਜਿਹੜਾ ਤੂਲ ਦੇ ਰਹੇ ਨੇ, ਔਰ ਮੀਡੀਆ ਵੀ ਜਿਹੜਾ ਖਾਸ ਤੌਰ ਦੇ ਉੱਤੇ ਇਸ ਮਾਮਲੇ ਨੂੰ ਬਹੁਤ ਜ਼ਿਆਦਾ ਜਿਹੜਾ ਚੁੱਕ ਰਿਹਾ, ਚਾਹੇ ਉਹ ਪਾਕਿਸਤਾਨ ਦਾ ਮੀਡੀਆ ਚਾਹੇ ਉਹ ਭਾਰਤ ਦਾ ਮੀਡੀਆ, ਅਤੇ ਜੰਗ ਦਾ ਹਮੇਸ਼ਾ ਹੀ ਨਤੀਜਾ ਜਿਹੜਾ ਬੜਾ ਭਿਆਨਕ ਨਿਕਲਦਾ, ਅਤੇ ਇਹ ਕਿਸੇ ਮਸਲੇ ਦਾ ਹੱਲ ਵੀ ਨਹੀਂ ਹੈ। ਸਿੰਘ ਸਾਹਿਬ ਜੀ, ਬਾਹਰ ਹੁਣੇ ਇੱਕ ਅੰਮ੍ਰਿਤਧਾਰੀ ਸਿੰਘ ਆਇਆ ਜਿਹਦੀ ਆਪਸੀ ਲੜਾਈ ਦੇ ਵਿੱਚ ਕਈਆਂ ਨੇ, ਨੌਜਵਾਨਾਂ ਨੇ ਉਹਦਾ ਜੂੜਾ ਕੱਟ ਦਿੱਤਾ, ਤੁਹਾਡੇ ਕੋਲ ਉਹ ਹੁਣੇ ਆਈ ਹੈ, ਉਹ ਧਰਮ ਪ੍ਰਚਾਰ ਕਮੇਟੀ ਨੂੰ ਭੇਜਦੇ ਆ ਜੀ ਕਾਰਵਾਈ ਵਾਸਤੇ। ਸਿੰਘ ਸਾਹਿਬ, ਪਟਨਾ ਸਾਹਿਬ ਪ੍ਰਬੰਧਕੀ ਬੋਰਡ ਦੇ ਪ੍ਰਧਾਨ ਅਵਤਾਰ ਸਿੰਘ ਜੱਤੂ ਰਾਣੇ ਨੇ ਸੁਰਿਆ ਜੀ ਨੂੰ ਕੋਈ ਦਰਖਾਸਤ ਦਿੱਤੀ ਹੈ? ਹਾਂਜੀ, ਦਰਖਾਸਤ ਆਈ ਹੈ ਜੀ, ਉਹ ਵਿੱਚ ਤਾਂ ਹੀ ਅਸੀਂ ਲਿਖਿਆ ਕਿ ਤਖਤ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਪ੍ਰਬੰਧਕੀ ਬੋਰਡ ਦੇ ਮੈਂਬਰ ਸਭਾ ਵੱਲੋਂ ਸ਼ਿਕਾਇਤ ਆਈ ਔਰ ਬਹੁ ਗਿਣਤੀ ਮੈਂਬਰਾਂ ਵੱਲੋਂ ਆਈ। ਸਿੰਘ ਸਾਹਿਬ, ਇੱਕ ਬੀਬੀਆਂ ਗਿਆਨੀ ਇਕਬਾਲ ਸਿੰਘ ਦੇ ਬਾਰੇ ਸ਼ਿਕਾਇਤ ਦਿੱਤੀ ਗਈ, ਉਹ ਸ਼ਿਕਾਇਤ ਦਾ ਵੀ ਜ਼ਿਕਰ ਇਹਦੇ ਵਿੱਚ ਕਰ ਦਿੱਤਾ, ਸਾਰਾ ਕੇਸ ਜਿਹੜਾ ਨਾਲ ਇਨਕਲੂਡ ਕਰਕੇ ਕਮੇਟੀ ਨੂੰ ਸੌਂਪ ਦਿੱਤਾ ਗਿਆ। ਠੀਕ ਹੈ ਸਿੰਘ ਸਾਹਿਬ, ਕੁਝ ਆਪਣੇ
ਜਿਹੜੇ ਅਕਾਲੀਆਂ ਵੱਲੋਂ ਜਾਂ ਜਿਹੜੇ ਅਕਾਲ ਤਖ਼ਤ ਸਾਹਿਬ ਤੋਂ ਆਪਾਂ ਤਨਖਾਹੀਏ ਕਰਾਰ ਦਿੱਤੇ, ਉਹਨਾਂ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਮੁੜ ਬਹਾਲ ਹੋਣ ਦੀਆਂ? ਉਹਨਾਂ ਦੀਆਂ ਸਾਨੂੰ ਪੱਤਰਿਕਾਵਾਂ ਪੁੱਜੀਆਂ ਨੇ, ਇੱਕ ਸੁੱਚਾ ਸਿੰਘ ਲਗਾਹ ਦੀ ਪੁੱਜੀ ਹੈ, ਇੱਕ ਕੋਈ ਰਾਜਸਥਾਨ ਤੋਂ ਹੈ ਚਰਨਜੀਤ ਹਾਕਮ ਸਿੰਘ ਉਹਦੀ ਪੁੱਜੀ ਹੈ, ਇੱਕ ਮਾਸਟਰ ਜੌਹਰ ਸਿੰਘ ਵਾਲੇ ਮਸਲੇ 'ਚ ਸ਼ਾਇਦ ਸੀ, ਨਾਂ ਨਹੀਂ ਮੈਨੂੰ ਪਤਾ, ਉਹ ਤਿੰਨ ਦਰਖਾਸਤਾਂ ਸਾਡੇ ਕੋਲ ਚਰਨਜੀਤ ਚੱਡੇ ਦੀ ਵੀ ਆਈ ਹੈ ਜੀ। ਚਰਨਜੀਤ ਚੱਡੇ ਦੀ ਦਰਖਾਸਤ ਸਾਡੇ ਕੋਲ ਨਹੀਂ, ਕਿਉਂਕਿ ਉਹਨਾਂ ਦਾ ਜਿਹੜਾ ਮਾਮਲਾ ਹੈਗਾ ਉਹ ਉਹਦੇ 'ਚ ਲਿਖਿਆ ਸਪਸ਼ਟ ਕਿ 2 ਸਾਲ ਦੀ ਪਾਬੰਦੀ, ਉਸ ਤੋਂ ਬਾਅਦ ਹੀ ਜਿਹੜਾ ਆਪਣੀ ਦਰਖਾਸਤ ਦੇ ਸਕਦਾ, ਅਤੇ ਇਹਨਾਂ ਦੇ ਉੱਤੇ ਸਾਥੀ ਸਿੰਘ ਸਵਾਨਾ ਨੂੰ ਵਿਚਾਰ ਕਰਨ ਤੋਂ ਬਾਅਦ ਹੀ ਜਿਹੜੀ ਉਹ ਕਦੋਂ ਤੱਕ ਮੀਟਿੰਗ ਹੋਣ ਦੀ ਸੰਭਾਵਨਾ? ਅਜੇ ਕੋਈ ਸਾਡਾ ਡਿਸਾਈਡ ਨਹੀਂ ਹੈ, ਜਦੋਂ ਕੋਈ ਹੋਇਆ ਦੇਖਾਂਗੇ। ਯਾਨੀ ਇਕਬਾਲ ਸਿੰਘ ਦੇ ਮਾਮਲੇ 'ਚ ਜਦੋਂ ਰਿਪੋਰਟ ਆ ਜਾਏਗੀ ਉਸ ਤੋਂ ਬਾਅਦ ਮੀਟਿੰਗ ਦਾ? ਨਹੀਂ, ਅਸੀਂ ਰਿਪੋਰਟ ਆਏਗੀ ਫਿਰ ਉਸ ਤੋਂ ਬਾਅਦ ਅਸੀਂ ਕਰਨਾ, ਸਾਥੀ ਸਿੰਘ ਸਵਾਨਾ ਨਾਲ ਰਾਏ ਮਸ਼ਵਰਾ ਕਰਨ ਤੋਂ ਬਾਅਦ ਹੀ ਜਿਹੜਾ ਫੈਸਲਾ ਲਿਆ। ਠੀਕ ਹੈ।